ਸੋ ਤੁਸੀਂ ਗੱਲ ਦੀ ਸਾਰਿਆਂ ਨੂੰ ਚੈਨਲ ਪੰਜਾਬੀ ਪੈਟਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਹਾਂ ਅੱਜ 7 ਮਈ ਦੀ ਕਿ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਹਲਚਲ ਮੌਸਮ ਦੀ ਦੇਖਣ ਨੂੰ ਮਿਲ ਸਕਦੀ ਹੈ ਸੋ ਜਿਵੇਂ ਕਿ ਰਾਤ ਦੀ ਅਪਡੇਟ ਵਿੱਚ ਵੀ ਦੱਸਿਆ ਸੀ ਕਿ ਰਾਤ ਸਮੇਂ ਪੰਜਾਬ ਦਾ ਮੌਸਮ ਉੱਤਰੀ ਤੇ ਕੁਝ ਉੱਤਰ-ਪੱਛਮੀ ਹਿੱਸਿਆਂ ਵਿੱਚ ਥੋੜਾ ਗੜਬੜ ਵਾਲਾ ਦੇਖਣ ਨੂੰ ਮਿਲ ਸਕਦਾ ਹੈ ਬੱਦਲਬਾਈ ਨਾਲ ਹਨੇਰੀ ਮੀਂਹ ਦਾ ਮਾਹੌਲ ਵੀ ਦੇਖਣ ਨੂੰ ਮਿਲ ਸਕਦਾ ਜਿਦੇ ਵਿੱਚ ਮਾਜੇ ਦਾ ਖੇਤਰ ਦਬਾਬੇ ਦਾ ਤੇ ਨਾਲ ਲੱਗਦੇ ਆਪਣੇ ਕੁਝ ਮਾਲਵੇ ਦੇ ਮੱਧ ਪੰਜਾਬ ਦੇ ਖੇਤਰ ਹੋਣਗੇ ਤਾਂ ਉਸੇ ਤਰ੍ਹਾਂ ਕਈ ਹਿੱਸਿਆਂ ਵਿੱਚ ਗਰਜ ਚਮਕ ਨਾਲ ਮੀਂਹ ਦੇ ਛਰਾਟੇ ਤੇਜ਼ ਹਵਾਵਾਂ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਹੁਣ ਜੇ ਸਵੇਰ ਦੀ ਗੱਲ ਕਰੀਏ ਤਾਂ ਇਹ ਜਿਹੜਾ ਹਲਕਾ ਦਰਮਿਆਨੇ ਪੱਧਰ ਦਾ ਸਿਸਟਮ ਬਣਿਆ ਹੋਇਆ ਸੀ ਪਹਾੜੀ ਭਾਗਾਂ ਦੇ ਵਿੱਚ ਉਹਦਾ ਪ੍ਰਭਾਵ ਫਿਰ ਆਪਾਂ ਨੂੰ ਪੰਜਾਬ ਦੇ ਉੱਤਰੀ ਤਰਾਈ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿਦੇ ਵਿੱਚ ਆਪਾਂ ਨੂੰ ਸਵੇਰ ਦੇ ਪਹਿਲੇ ਘੰਟਿਆਂ ਤੋਂ ਅਮਰਸਰ ਦੇ ਕੁਝ ਭਾਗ ਤਰਨਤਨ ਸਾਹਿਬ ਦੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਾਲ ਲੱਗਦੇ ਕੁਝ ਭਾਗ ਇਹਦੇ ਵਿੱਚ ਮੋਕੇ ਜ਼ਿਲ੍ਹੇ ਦੇ ਨੇ ਥੋੜੇ ਬਹੁਤ ਲੁਧਿਆਣੇ ਦੇ ਆਗੇ ਤੇ ਇਸ ਤੋਂ ਬਾਅਦ ਆਉਂਦੇ ਘੰਟੇ ਦੇ ਵਿੱਚ ਨਵਾਂ ਸ਼ਹਿਰ ਦੇ ਸਮੇਤ ਪੁਰਾਣੀ ਨੰਗਲ ਅਨੰਦਪੁਰ ਸਾਹਿਬ ਦੇ ਇਲਾਕੇ ਹੋਗੇ ਤੇ ਚੰਡੀਗੜ੍ਹ ਮੋਹਾਲੀ ਭਾਗ ਦੇ ਜਿਹੋ ਇਹਨਾਂ ਸਾਰੇ ਇਲਾਕਿਆਂ ਵਿੱਚ ਬੱਦਲਾਂ ਦੀ ਗਰਜ ਚਮਕ ਨਾਲ ਮੀਂਹ ਦੇ ਹਾਲਾਤ ਵੀ ਦੇਖਣ ਨੂੰ ਮਿਲ ਸਕਦੇ ਨੇ ਟੁੱਟਵੇਂ ਰੂਪ ਵਿੱਚ ਸੋ ਕਹਿਣ ਦਾ ਭਾਵ ਹੈ ਕਿ ਪੰਜਾਬ ਦਾ ਜਿਹੜਾ ਇਹ ਉੱਤਰੀ ਹਿੱਸਾ ਹੈ ਜਿਹਨੂੰ ਆਪਾਂ 40-50% ਜਿਹੜੇ ਇਲਾਕੇ ਦੇ ਵਿੱਚ ਆ ਸਕਦੇ ਨੇ ਸੋ ਇਹਨਾਂ ਭਾਗਾਂ ਦੇ ਵਿੱਚ ਆਪਾਂ ਨੂੰ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਬੱਦਲਾਂ ਦੀ ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ ਤੇ ਸ਼ਰਾਟੇ ਦਾ ਮੀਂਹ ਵੀ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਮਾਦਰਿਆਂ ਦੇਖਣ ਨੂੰ ਮਿਲ ਸਕਦਾ ਹੈ ਸੋ ਇਹ ਸਿਸਟਮ ਦਾ ਪ੍ਰਭਾਵ ਇਹਨਾਂ ਇਲਾਕਿਆਂ ਤੱਕ ਸੀਮਿਤ ਰਹੇਗਾ ਜਿਹਦੇ ਵਿੱਚ ਫਾਜ਼ਿਲਕਾ ਫਰੀਦਕੋਟ ਤੋਂ ਲੈ ਕੇ ਮੁਕਸਰ ਮਾਨਸਾ ਬਠਿੰਡਾ ਦੇ ਇਲਾਕੇ ਹੋਗੇ ਪਟਿਆਲਾ ਹੋ ਗਿਆ ਸੰਗਰੂਰ ਸੋ ਇਹ ਇਲਾਕੇ ਫਿਲਹਾਲ ਠੀਕ ਠਾਕ ਰਹਣਗੇ ਇਹਨਾਂ ਇਲਾਕਿਆਂ ਵਿੱਚ ਕੋਈ ਜ਼ਿਆਦਾ ਵੱਡੀ ਮੌਸਮੀ ਹਲਚਲ ਹੁੰਦੀ ਹੋਈ ਦੇਖਣ ਨੂੰ ਨਹੀਂ ਮਿਲ ਰਹੀ ਪਰ ਕੁਝ ਫਤੇਗੜ ਸਾਹਿਬ ਤੇ ਚੰਡੀਗੜ ਮੋਹਾਲੀ ਪਟਿਆਲੇ ਦੇ ਕੁਝ ਕੁ ਭਾਗਾਂ ਵਿੱਚ ਆਪਾਂ ਨੂੰ ਆਉਂਦੇ 2-4 ਘੰਟਿਆਂ ਦੇ ਵਿੱਚ ਥੋੜੀ-ਬਹੁਤ ਹਲਚਲ ਦੇਖਣ ਦੀ ਮੌਸਮ ਦੀ ਮਿਲ ਸਕਦੀ ਹੈ ਤੇ ਦਿਨ ਵੇਲੇ ਹਵਾਵਾਂ ਵੀ ਲਗਭਗ ਥੋੜੇ ਜਿੇ ਬਦਲਵੇਂ ਰੂਪ ਦੇ ਵਿੱਚ ਹਿਚੜਣਗੇ ਕੁਝ ਪੂਰਬੀ ਹਵਾਵਾਂ ਦਾ ਰੁਖ ਵੀ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਅਤੇ ਦੁਪਹਿਰ ਤੋਂ ਬਾਅਦ ਸ਼ਾਮ ਦੇ ਆਸ-ਪਾਸ ਫਿਰ ਟੁੱਟਵੀਂ ਕੁਝ ਬੱਦਲੀਆਂ ਕਾਰਵਾਈਆਂ ਅਚਾਨਕ ਪੰਜਾਬ ਦੇ ਉੱਪਰ ਆਪਣੀਆਂ ਗਤੀਵਿਧੀਆਂ ਦਿਖਾ ਸਕਦੀਆਂ ਨੇ ਕਈ ਹਿੱਸਿਆਂ ਦੇ ਵਿੱਚ ਫਿਰ ਇੱਕ ਵਾਰ ਅਚਾਨਕ ਛਰਾਟੇ ਦਾ ਰਮੀਂ ਤਾਂ ਮਾਹੌਲ ਵੀ ਬਣਦਾ ਹੋਇਆ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੀ ਅਪਡੇਟ ਆਪਾਂ ਅਗਲੇ ਘੰਟਿਆਂ ਦੇ ਵਿੱਚ ਜਿਵੇਂ ਆਏਗੀ ਜਾਣਕਾਰੀ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਜਾਵਾਂਗੇ